ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਸਾਰੇ ਜਣੇ ਵਧੀਆ ਹੋਣਗੇ, ਨਵੀਂ ਦਿਨ ਦੀ ਸ਼ੁਰੂਆਤ ਹੋ ਗਈ ਵੀ ਆ, ਰੈਡੀ ਹੋ ਗਏ ਵੇ ਆ, ਬਸ ਰੋਟੀ ਖਾਣੀ, ਰੋਟੀ ਦੇ ਕੰਮ ਪਰ ਨਿਕਲ ਜਾਣਾ। ਕੱਲ੍ਹ ਆਪਣੇ ਸਾਰੇ ਪੱਲੇ ਹੋ ਗਏ ਤੇ ਸੈੱਟ, ਤੇਜ਼ ਮਾਰ ਕੇ ਦੇਖ ਲਏ ਤੇ, ਦੋ ਦਰਵਾਜ਼ਿਆਂ ਨੂੰ ਜਾਲੀ ਵੀ ਲਾਤੀ ਸੀ, ਇੱਕ ਦਰਵਾਜ਼ਾ ਰਹਿ ਗਿਆ ਵਾ ਉਹ ਜਾਲੀ ਲਾਉਂਗੇ ਅੱਜ ਜਾ ਕੇ, ਅਤੇ ਬਾਕੀ ਖਿੜਕੀਆਂ ਜੇ ਟਾਈਮ ਰਹੇਗਾ ਕੋਲਾ ਤਿਆਰ ਕਰ ਲੂੰਗੇ ਫਿਰ। ਅਤੇ ਬਾਕੀ ਕੱਲ੍ਹ ਬਾਈ ਸਮੈਕਾ ਲੈ ਆਇਆ ਤਾ, ਬਾਈ ਦੇ ਘਰਾਂ ਸਮੈਕਾ ਲੈ ਕੇ ਜਾਣਾ ਚੱਕ ਕੇ, ਅਤੇ ਲਾਈਟ ਹੈ ਨਹੀਂ ਆ, ਕੱਲ੍ਹ ਬੱਦਲ ਜਿਹਾ ਆਇਆ ਤਾ ਨਾ, ਬਾਰਿਸ਼ ਹੋਈ ਤੀ ਸਵੇਰੇ ਸਵੇਰੇ ਜੇ, ਤਾਂ ਕਰਕੇ ਲਾਈਟ ਕੱਟੀ ਵੀ ਇਹਨਾਂ ਨੇ, ਪਹਿਲਾਂ ਆ ਗਈ ਤੀ ਹੁਣ ਫਿਰ ਲੰਘੀ ਵੀ ਆ, ਅਤੇ ਤਾਂ ਕਰਕੇ ਮੇਰੇ ਜੀ ਵੀਡੀਓ ਲੱਗਿਆ ਬਣਾਉਣਾ ਲੱਛ ਵੱਲ ਕੇ। ਅਤੇ ਬਾਕੀ ਰੋਟੀ ਖਾਂਦੇ ਆ, ਕੰਪਰ ਚੱਲਦੇ ਆ, ਅਤੇ ਕੰਪਰ ਮਿਲਦੇ ਜਾ ਕੇ ਫਿਰ। ਹਜੇ ਵੀ ਬੱਦਲ ਹੈਗਾ ਹੈ, ਸ਼ਾਇਦ ਬਾਰਿਸ਼ ਆਊਂਗੀ ਫਿਰ, ਸਵੇਰੇ ਹੋਈ ਤੀ ਬਾਰਿਸ਼, ਪਾਣੀ ਖੜਾ, ਬਾਰਿਸ਼ ਤੋਂ ਪਹਿਲਾਂ ਪਹਿਲਾਂ ਲੰਘੀ ਜੇ ਕੰਮ ਨੂੰ ਤਾਂ ਠੀਕ ਹੈ, ਨਹੀਂ ਭੇਜੂੰਗੇ ਨਹੀਂ ਰਸਤੇ, ਸਮੈਕਾ ਵੀ ਲੈ ਕੇ ਜਾਣਾ, ਉਹ ਗਿੱਲਾ ਨਾ ਹੋ ਜਾਵੇ ਕਿਤੇ, ਬਾਕੀ ਚੱਲਦੇ ਹੋਏ ਟਾਈਮ ਜਿਹਨੂੰ ਨਿਕਲੇਗੂਏ। ਹੈਲੋ ਬਾਈ, ਕੰਪਰ ਪਹੁੰਚ ਗਏ ਆਪਾਂ, ਆਹ ਸਰਮੈਕਾ ਲੈ ਜਾਂਦਾ ਤਾਂ ਬਾਈ ਤੇ, ਅਤੇ ਅੱਜ ਬੋਲਡਰ ਲੈ ਕੇ ਆਇਆ ਕੰਮ ਨੂੰ, ਕਿਉਂਕਿ ਕੰਨਾ ਆਇਆ ਨਹੀਂ ਹੈਗਾ, ਉਹਨੇ ਨਾਲਾ ਕੱਢ ਜਾਣਾ ਘਰਦਿਆਂ ਨਾਲ, ਅਤੇ ਵਿੱਕੀ ਆਇਆ ਅੱਜ ਨਾਲ, ਬਾਕੀ ਗੇਟ ਖੋਲਦੇ ਆ, ਹਾਲੇ ਕਿ ਚੱਲਦੇ ਸਰਮੈਕਾ ਅੰਦਰ ਨੂੰ। ਅੱਜ ਆਪਣਾ ਕੰਮ ਜਾਲੀ ਦਾ ਹੀ ਆ, ਜਾਲੀ ਜੂਲੀ ਲਾਉਣੀ, ਇੱਕ ਦਰਵਾਜ਼ਾ, ਬਾਕੀ ਖਿੜਕੀਆਂ ਰਹਿੰਦੀਆਂ ਜਾਲੀ ਲਾਉਣੇ ਨੂੰ। ਆਹ ਦੋ ਦਰਵਾਜ਼ਿਆਂ ਨੂੰ ਜਾਲੀ ਲਾ ਗਏ ਤੇ, ਅਤੇ ਉਹ ਖਿੜਕੀਆਂ ਸੀਸੇ ਵਾਲੀਆਂ, ਅਤੇ ਆਹ ਜਾਲੀ ਵਾਲੀ ਖਿੜਕੀਆਂ ਪਈਆਂ ਸਾਰੀਆਂ, ਅਤੇ ਉਹ ਇੱਕ ਦਰਵਾਜ਼ਾ ਰਹਿ ਗਿਆ ਵਾ, ਪਹਿਲਾਂ ਉਹਨੂੰ ਜਾਲੀ ਲਾ ਦਿੰਦੇ, ਉਹਨੂੰ ਡਬਲ ਲੱਗਣੀ ਆ, ਅਤੇ ਉਹਦੇ ਬਾਅਦ ਫਿਰ ਖਿੜਕੀਆਂ ਲਾ ਦੂੰਗੇ। ਅਤੇ ਬੰਗਲਾ ਜਿਹਾ ਇੱਧਰ ਪਿਆ ਰਾਤ ਦਾ, ਹੈਗਾ ਜੇ ਠੀਕ ਮਾੜਾ ਜਿਹਾ, ਇਹ ਕਬੂਤਰ ਨਹੀਂ ਹੈਗਾ ਯਾਰ, ਉਹ ਬੰਗਲਾ ਕੱਲ੍ਹ ਇਹਦੇ ਲੜ ਗਿਆ ਇਹਦੇ ਗਰਦਨ ਬੁੱਕ ਦਾ, ਜਿਉਂਦਾ ਅਜੇ ਵੀ ਇਹ, ਆਹ ਲੀਰ ਪਤਾ ਨਹੀਂ ਕਿੱਦਾਂ ਚੱਕ ਲਈ ਇਹਨੇ ਉੱਪਰ 'ਤੇ, ਅਸੀਂ ਪਟਰੋਲ ਲਾ ਕੇ ਨਾ ਉਹ ਕਰਿਆ ਤਾ ਇਹਦੇ, ਮਤਲਬ ਅਸੀਂ ਉੱਡਣ ਦੀ ਕੋਸ਼ਿਸ਼ ਕਰੀ ਇਹਨੇ, ਗਰਦਨ ਪਰਾਂ ਵਾਲੀ ਸਾਈਡ ਆ, ਕਮਾਈ ਮਾੜਾ ਇਹਨੂੰ ਪਰਾਂ ਨੂੰ ਪੁੱਠਾ ਕਰੀ, ਤੂੰ ਜਿਹੜਾ ਮਾਰੇ ਦੇਖੀ, ਪਾਣੀ ਕਿੱਥੇ ਦਿਆ ਗਿਆ, ਗੇਰਿਆ ਹੋਣਾ ਪਾਣੀ ਇਹਨੇ ਉੱਪਰ ਆਪਣੇ, ਲਿਪਟ ਗਿਆ ਸਾਰਾ ਇਹਦਾ, ਆ ਬੰਗਲਾ ਅਸੀਂ ਉੱਪਰ ਲਿਆ ਕੇ ਰੱਖਤਾ, ਥੱਲੇ ਸਮੈਲ ਹੀ ਆਉਣ ਲੱਗੀ ਤੀ ਪਤਾ ਨਹੀਂ ਕਾਤੇ, ਪਰ ਘਰਦਿਆਂ ਨੇ ਚਾਹ ਦੇਣ ਆਉਣਾ ਨਾ, ਕਿਤੇ ਬੋਲਣ ਲੱਗ ਜਾਵੇ ਉਹ ਵੀ ਤੁਹਾਡੇ ਅੰਦਰ ਕਾਹਨੂੰ ਰੱਖਿਆ ਜੇ, ਵੀ ਹਜੇ ਤਾਂ ਅਸੀਂ ਰਹਿਣ ਵੀ ਨਹੀਂ ਲੱਗੇ ਉਰੇ, ਪਤਾ ਨਹੀਂ ਨਾ ਹੁੰਦਾ ਹੈਗਾ ਘਰਦਿਆਂ ਦਾ, ਅਤੇ ਤਾਂ ਕਰਕੇ ਉੱਪਰ ਲਿਆ ਕੇ ਰੱਖਤਾ ਜੀ ਟੈਂਕੀ ਦੇ ਥੱਲੇ, ਅਤੇ ਪੈਟਰੋਲ ਕੱਢ ਕੇ ਲਾਤਾ, ਅਤੇ ਫਿਰ ਹਜੇ ਵੀ ਹੈਗਾ ਜਿਉਂਦਾ ਵਿਚਾਰਾ, ਸਾਹ ਚੱਲਦੇ ਇਹਦੇ, ਅਤੇ ਪਾਣੀ ਪੀਂਦਾ ਨਹੀਂ ਹੈਗਾ ਇਹ, ਪੈਟਰੋਲ ਲਾ ਕੇ ਦੇਖ ਲਿਆ, ਹੁਣ ਦੇਖਦੇ ਵਿਚਾਰਾ ਬਚਦਾ ਕਿ ਨਹੀਂ ਬਚਦਾ, ਇੱਥੇ ਕੋਸ਼ਿਸ਼ ਕਰ ਰਹੇ ਚਲੋ ਬਚ ਜਾਵੇ, ਬਾਕੀ ਪਤਾ ਨਹੀਂ ਹੈਗਾ ਬਚਣਾ ਕਿ ਨਹੀਂ ਬਚਣਾ ਵਿਚਾਰੇ ਨੇ, ਬਾਕੀ ਇੱਕ ਵਾਰ ਫਿਰ ਲਾ ਦੂੰਗਾ ਪੈਟਰੋਲ ਇਹਦੇ, ਦੇਖ ਲੈਂਦੇ ਆ। ਜਿਹੜੀਆਂ ਉਹਨੂੰ ਟੀਕ ਪਲਾਈਆਂ ਪਈ ਦੀਆਂ ਉਹ ਚੱਕ ਕੇ ਇੱਧਰ ਰੱਖਤੀਆਂ, ਜਿਹੜੀ ਸਰਮੈਕੇ ਦੀ ਸੀਟਾਂ ਲਿਆਉਂਦੀ ਦੀਆਂ ਉਹ ਵੀ ਖੋਲਤੀਆਂ, ਅਤੇ ਚਾਰ ਸੀਟਾਂ ਸਰਮੈਕੇ ਦੀਆਂ, ਪੰਜ ਸੀਟਾਂ ਇਹਦੀਆਂ ਟੀਕ ਪਲਾਈ ਦੀਆਂ, ਤਿੰਨ ਥੱਲੇ ਰੱਖਤੀਆਂ, ਅਤੇ ਗੱਭੇ ਸਰਮੈਕਾ ਖੋਲ੍ਹ ਕੇ ਉੱਪਰ 'ਤੇ ਦੋ ਸੀਟਾਂ ਟੀਕ ਪਲਾਈ ਦੇ ਰੱਖਤੀਆਂ, ਫਿਰ ਪਿਆਰ ਆਊਂਗਾ ਨਾ ਦਾ ਵੀ ਹੋ ਜੂਗੀ ਮਾੜਾ, ਸਰਮੈਕਾ ਸਿੱਧਾ ਹੋ ਜੂਗਾ, ਨਾਲੇ ਜਿਹੜੀ ਟੀਕ ਪਲਾਈ ਹੈ ਇਹ ਵੀ ਵਿੰਗੀਆਂ ਹੋਈਆਂ ਵਿਧੀਆਂ, ਜਿੱਦਾਂ ਸਮਾਨ ਲਿਆ ਕੇ ਰੱਖਿਆ ਵਾ ਉਦੀਆਂ ਇੱਦਾਂ ਖੜੀਆਂ ਦੀਆਂ, ਇਹ ਵੀ ਸਿੱਧੀਆਂ ਹੋ ਜੂਗੀਆਂ ਥੋੜ੍ਹੀ ਜਿਹੀਆਂ, ਅਤੇ ਨਾਲੇ ਉਡੂੰਗੀ ਨਹੀਂ ਹਵਾ, ਨਾਲੇ ਵਜਨ ਆ ਜੂਗਾ ਸਰਮੈਕੇ ਸੀਟਾਂ 'ਤੇ, ਅਤੇ ਬਾਕੀ ਜਾਲੀ ਲਾਉਂਦੇ ਆਪਾਂ, ਸਿੰਗਲ ਜਾਲੀ ਲਾਤੀ ਆ ਪਹਿਲਾਂ ਇਹਨੂੰ ਅਲਮੋਨੀਅਮ ਵਾਲੀ, ਅਤੇ ਤੇ ਬਾਅਦ ਉਹ ਲਾਉਣੀ ਆ ਡਬਲ, ਅਤੇ ਬਾਕੀ ਚਾਹ ਆ ਗਈ ਵੀ ਚਾਹ ਪੀਂਦੇ ਆ, ਚਾਹ ਪੀ ਕੇ ਕਰਦੇ ਫਿਰ ਡਬਲ, ਇਹਨੂੰ ਡਬਲ ਜਾਲੀ ਲਾਉਂਦੇ ਆ, ਬਾਕੀ ਗੋਲਾ ਕਰੂੰਗੇ ਤਿਆਰ, ਆ ਫੱਟੇ ਫੁੱਟੇ ਪਏ ਆ, ਇੰਨੇ ਜਿਹੇ ਕਰ ਦੂੰਗੇ, ਦੇ ਲੈਣੇ ਫੱਟੇ ਪਏ ਚਾਰ, ਇਹਨਾਂ ਨੂੰ ਬਾਅਦ 'ਚੋਂ ਰੰਦੂਗੇ, ਬਾਅਦ 'ਚੋਂ ਕਰੂੰਗੇ ਤਿਆਰ, ਇਹਨਾਂ ਨੂੰ ਜੇ ਦਰਵਾਜ਼ਾ ਠੋਕ ਲੂੰਗੇ ਨਾ ਸੂਜ ਲੈ ਲੂੰਗੇ, ਦੇਖ ਲੂੰਗੇ ਜੇ ਫਾਲਤੂ ਹੋਰ ਉਹ ਕਰਨੇ ਹੋਏ ਫੱਟੇ ਰੰਦਣੇ ਹੋਏ ਤਾਂ ਰੰਦ ਲੂੰਗੇ, ਹੈ ਨਹੀਂ ਹੁਣ ਵਾਲੀ ਆ ਬਸ, ਇਹ ਤਾਂ ਇੱਦਾਂ ਹੀ ਦਿੰਦੇ ਚਾਹ, ਇਹ ਅੱਜ ਮੌਸਮ ਸੈੱਟ ਆ, ਧੁੱਪ ਨਹੀਂ ਹੈਗੀ ਤੇਜ਼ ਨਹੀਂ, ਉਹ ਬੱਦਲ ਆ ਗਏ ਉੱਧਰ ਤਾਂ ਫਿਰ ਕਾਲੇ ਕਾਲੇ ਸਾਈਡ ਸਾਈਡ ਦੇ ਉੱਤੇ,
ਦੋ ਬੀਜ ਲਾਤੇ ਵੇ ਤੀਆ ਵੱਢਣਾ ਅਤੇ ਦੋ ਰਹਿ ਜਾਣੇ ਫਿਰ ਇਹਨੂੰ ਵੀ ਲਾ ਦਿੰਦੇ ਆ। ਹਾਂ ਹਾਂ ਚੱਕ ਲਿਆ ਇਹ ਤਿੰਨ ਦਰਵਾਜ਼ੇ ਹੋ ਗਏ ਆਪਣੇ ਬਹੁਤ ਗੋਲਾ ਰਹਿ ਗਿਆ ਇਹਨੂੰ ਲਾਉਣੇ ਨੂੰ ਅਤੇ ਬਾਕੀ ਹੁਣ ਖਿੜਕੀਆਂ ਹੈ ਖਿੜਕੀਆਂ ਲਾਉਂਦੇ ਆ ਇਹ ਗੋਲਾ ਬੈਕ ਸਾਈਡ ਕਰਤਾ ਤਾ ਨਾ ਲੱਕੜੀ ਖਰਾਬ ਜੀ ਬਹੁਤ ਹੀ ਤਾਂ ਹੀ ਗੋਲਾ ਪੂਰਾ ਹੋ ਗਿਆ ਇਹ ਟੋਟੇ ਟੂਟੇ ਹੈਗੇ ਦੇ ਜਿਹੜੇ ਫੱਟੇ ਫੁੱਟੇ ਬਚੇ ਵੇ ਸਾਰੇ ਉਹ ਸਾਰੇ ਚੀਰ ਚੂਰ ਤਿਆਰ ਕਰਕੇ ਸਾਰੇ ਲਾਤੇ ਉਹ ਉਹ ਚਾਰ ਖਿੜਕੀਆਂ ਜਾਲੀ ਲਾਤੀ ਅਤੇ ਪੰਜਵੀਂ ਆ ਛੇਵੀਂ ਖਿੜਕੀ ਆਏ ਇਹਨਾਂ ਦੋਵਾਂ ਦੀ ਜਾਲ ਬੰਨ੍ਹ ਕੇ ਰੱਖੀ ਵੀ ਆ ਅਤੇ ਬਾਕੀ ਉਹ ਪੱਲੇ ਰਹਿ ਗਏ ਵੇ ਆ ਪੰਜ ਪੱਲੇ ਲੰਬੇ ਰਹਿ ਗਏ ਵੇ ਆ ਅਤੇ ਤਿੰਨ ਕੂਲਰ ਵਾਲੇ ਆ ਇੱਕ ਉਹ ਕਿਚਨ ਵਾਲੇ ਬਸ ਉਹ ਖਿੜਕੀਆਂ ਰਹਿ ਗਈਆਂ ਅਤੇ ਇਹਨਾਂ ਨੂੰ ਦੁਪਹਿਰ ਤੋਂ ਬਾਅਦ ਲਾਉਂਗੇ ਟਾਈਮ ਹੋ ਗਿਆ ਵਾ ਰੋਟੀ ਖਾਂਦੇ ਆ ਰੈਸਟ ਕਰਕੇ ਉਹਦੇ ਬਾਅਦ ਲਾਉਂਗੇ ਇਹਨਾਂ ਸੋਰੀ ਪੰਜ ਪੱਲੇ ਆ ਪਏ ਲੰਬੇ ਇੱਕ ਉਹ ਪਿਆ ਜੀ ਉਹਨਾਂ ਵੀ ਲੱਗਣੀ ਛੇ ਪੱਲੇ ਪਏ ਟੋਟਲ ਲੰਬੇ ਆ ਜੀ ਅਤੇ ਬਾਕੀ ਰੋਟੀ ਖਾਂਦੇ ਆਪਾਂ ਬਾਹਰ ਮੌਸਮ ਵਧੀਆ ਹੋਇਆ ਵਾ ਅੱਜ ਧੁੱਪ ਨਹੀਂ ਨਿਕਲੀ ਵੀ ਹੈਗੀ ਨਿਕਲ ਧੁੱਪ ਬਹੁਤ ਤੇਜ਼ ਤੀ ਅੱਜ ਮੌਸਮ ਸੈੱਟ ਆ ਅਤੇ ਇੱਕ ਵਾਰ ਬੰਗਲੇ ਨੂੰ ਵੀ ਦੇਖ ਆਊਂਗਾ ਉੱਪਰ ਜਾ ਕੇ ਵੀ ਹੈਗੇ ਸਾਹ ਸੂਹ ਚੱਲਦੇ ਉਹਦੇ ਕਿ ਨਹੀਂ ਪੈਟਰੋਲ ਲਾ ਦੂੰਗਾ ਉਹਨੂੰ ਰੋਟੀ ਰੋਟੀ ਖਾ ਕੇ ਨਾ ਉੱਪਰ ਰੱਖਿਆ ਹੁੰਦਾ ਉਹ ਟੈਂਕੀ ਥੱਲੇ ਅੱਜ ਤਾਂ ਧੁੱਪ ਵੀ ਨਹੀਂ ਹੈਗੀ ਤੇਜ਼ ਤਾਂ ਕਰਕੇ ਆਪਾਂ ਰੱਖਿਆ ਉਹਨਾਂ ਨੂੰ ਹਵਾ 'ਚ ਪਿਆ ਰਹੂੰਗਾ ਥੱਲੇ ਬੇਸਮੈਂਟ ਦਾ ਕੰਮ ਵੀ ਇੱਦਾਂ ਹੀ ਪਿਆ ਮਿਸਤਰੀ ਵੀ ਨਹੀਂ ਆਉਂਦੇ ਹੈਗੇ ਆ ਵੀ ਰੇਤਾ 'ਚ ਪਹਿਲਾਂ ਉੱਪਰ ਪਿਆ ਤਾ ਬਾਹਰ ਉਹ ਇੰਟਾਂ ਵੀ ਉੱਪਰੇ ਪਈ ਜਾਂਦੇ ਸ਼ਾਇਦ ਬਸ ਉਹੀ ਇਹਨਾਂ ਨੇ ਅੰਦਰ ਲਿਆ ਕੇ ਰੱਖੀਆਂ ਉਰੇ ਬਾਕੀ ਕੰਮ ਇੱਦਾਂ ਹੀ ਪਿਆ ਮਿੱਟੀ ਮੁੱਟੀ ਇੱਦਾਂ ਹੀ ਪਈ ਸਾਰੀ ਜਦੋਂ ਅਸੀਂ ਆਉਣ ਲੱਗੇ ਪਿਆ 20 ਤਰੀਕ ਨੂੰ ਕੰਮ ਲਾਇਆ ਤਾ ਅਤੇ ਅੱਜ 13 ਤਰੀਕ ਹੋ ਗਈ ਵੀ ਆ 20 ਤਰੀਕ ਨੂੰ ਮਹੀਨਾ ਹੋ ਜਾਣਾ ਆਪਾਂ ਨੂੰ ਆਉਂਦੇ ਨੂੰ ਅਤੇ ਬਾਕੀ ਆਪਣਾ ਵੀ 7-8 ਦਿਨ ਦਾ ਹੈਗਾ ਹਫ਼ਤੇ ਦਾ ਕੰਮ ਸ਼ਾਇਦ ਰੋਟੀ ਖਾ ਲਈ ਆਪਾਂ ਨੇ ਅਤੇ ਅੱਜ ਮੌਸਮ ਵਧੀਆ ਹੋਇਆ ਵਾ ਠੰਡਾ ਜਿਹਾ ਅਤੇ ਵਿਚਾਰਾ ਹਜੇ ਵੀ ਇੱਦਾਂ ਹੀ ਪਿਆ ਇਹ ਹੈਗੇ ਸਾਹ ਮੈਨੂੰ ਲੱਗਦੀ ਚੱਲਦੇ ਇਹਦੇ 'ਚ ਜ਼ਖਮ ਜ਼ਿਆਦਾ ਬੜਾ ਹੋਇਆ ਵਾ ਸੁੱਕਣ ਨੂੰ ਟਾਈਮ ਲੱਗਣਾ ਜ਼ਖਮ ਜਿਹੜੇ ਸਵੇਰੇ ਚਾਹ ਲੈ ਕੇ ਆਏ ਤੇ ਚਾਹ ਸਵੇਰ ਨੂੰ ਜ਼ਿਆਦਾ ਦੇ ਦਿੰਦੇ ਆ ਅਤੇ ਤਾਂ ਕਰਕੇ ਬੱਚੀ ਵੀ ਦੀ ਇਹ ਸੋਚਿਆ ਪੀ ਲੈਂਦੇ ਆ ਅੱਜ ਦਾ ਮੌਸਮ ਠੰਡਾ ਇੰਨੀ ਗਰਮੀ ਵੀ ਨਹੀਂ ਹੈਗੀ ਬਗੇਰ ਨਹੀਂ ਕਾਨੂੰ ਆ ਗੇਰਨ ਨਾਲ ਤਾਂ ਪੀਣੀ ਠੀਕ ਆ ਅਤੇ ਬਾਕੀ ਰੈਸਟ ਕਰਦੇ ਆਪਾਂ ਥੋੜ੍ਹੀ ਦੇਰ ਉਹਦੇ ਬਾਅਦ ਫਿਰ ਲੱਗਦੇ ਕੰਮ ਪਰ ਨਿਬੇੜਦੇ ਕੰਮ ਜਿਹਾ ਜਿੰਨੇ ਵੀ ਲੰਬੇ ਪੱਲੇ ਤੇ ਉਹਨਾਂ ਨੂੰ ਸਾਰਿਆਂ ਨੂੰ ਜਾਲੀ ਲੱਗ ਗਈ ਆ ਅਤੇ ਆ ਕਿਚਨ ਵਾਲਾ ਇਹ ਵੀ ਹੋ ਗਿਆ ਵਾ ਬਸ ਤਿੰਨ ਕੂਲਰ ਵਾਲੇ ਪੱਲੇ ਰਹਿ ਗਏ ਅਤੇ ਦੋ ਰੋਸ਼ਨਦਾਨ ਰਹਿ ਗਏ ਵੇ ਇੱਕ ਆ ਵੀ ਆ ਇੱਕ ਉਹ ਵੀ ਆ ਬਸ ਆਹੀ ਰਹਿ ਗਏ ਜਾਲੀ ਲੈਣ ਨੂੰ ਅਤੇ ਇਹ ਤੋਂ ਬਾਅਦ ਫਿਰ ਗੋਲਾ ਰਹਿ ਗਿਆ ਤਿਆਰ ਕਰਨੇ ਦਾ ਉਹ ਪੱਲੇ ਨੂੰ ਲਾ ਦਿੰਦੇ ਆ ਜਾਲੀ ਉਹ ਤੋਂ ਬਾਅਦ ਫਿਰ ਗੋਲਾ ਤਿਆਰ ਕਰਦੇ ਆ ਅਤੇ ਇੱਕ ਸਲਾਹ ਬਣ ਰਹੀ ਜਿਹੜੇ ਦਰਵਾਜ਼ੇ ਆ ਉਹਨਾਂ ਨੂੰ ਗੋਲਾ ਭਰ ਕੇ ਦੇਖ ਲੈਂਦੇ ਜੀ ਪੂਰਾ ਮੇਨ ਦਰਵਾਜ਼ੇ ਨੂੰ ਭਰ ਕੇ ਦੇਖ ਲੈਂਦੇ ਆ ਕਿਉਂਕਿ ਇਹਨਾਂ ਨੂੰ ਤਾਂ ਹੁਣ ਨਹੀਂ ਕਹਿ ਦਿੰਦੇ ਖਾਨੇ ਬਹੁਤ ਆ ਨਾ 10 ਖਾਨੇ ਦੇ ਇਹਨਾਂ ਨੂੰ ਦੋ ਪੱਲੇ ਘੱਟ ਹੋਣਾ ਗੋਲਾ ਇੱਕ ਪੱਲੇ ਨੂੰ ਹੋਗਾ ਗੋਲਾ ਉਹ ਮੇਨ ਨੂੰ ਪੂਰਾ ਹੋ ਕੇ ਉਸ ਤੋਂ ਬਾਅਦ ਇੱਕ ਜਾਂ ਦੋ ਖਾਨੇ ਨੂੰ ਭਰ ਸਕਦਾ ਗੋਲਾ ਬਸ ਜ਼ਿਆਦਾ ਤੋਂ ਜ਼ਿਆਦਾ ਤਿੰਨ ਨੂੰ ਭਰ ਜੂੰਗਾ ਤਾਂ ਜ਼ਿਆਦਾ ਨਹੀਂ ਹੁੰਦਾ ਇਹ ਗੋਲਾ ਘੱਟਾਂ ਦਾ ਗੋਲਾ ਬਣਾਉਣਾ ਪੈਣਾ ਗਲਾਸ 'ਚ ਪਾਣੀ ਲੈ ਕੇ ਆਇਆ ਸੀ ਚੱਲ ਪਾਣੀ ਪਿਲਾ ਕੇ ਦੇਖਦੇ ਇਹਨੂੰ ਅਤੇ ਨਾਲ ਪੈਟਰੋਲ ਲੈ ਗਿਆ ਤਾਂ ਥੱਲੇ ਤੋਂ ਕੱਢ ਕੇ ਮੈਂ ਲੀਰ ਜੀ ਗਿੱਲੀ ਕਰਕੇ ਮਿੱਕੀ ਲੈ ਗਿਆ ਤਾਂ ਪਾਣੀ ਪਿਲਾਉਣ ਇਹਨੇ ਮੂੰਹ 'ਚ ਤਾਂ ਪਤਾ ਨਹੀਂ ਕਿਆ ਕੱਢਿਆ ਆਹ ਗਲਾਸ ਕੋਲ ਪਿਆ ਜਿਹੜਾ
ਪਾਣੀ ਲੱਗਿਆ ਤਾਂ ਪੀਣੇ ਨੇ, ਪਤਾ ਨਹੀਂ ਕੁਛ ਖਾ ਲਿਆ ਵਾ ਇਹਨੇ, ਪਤਾ ਨਹੀਂ ਕਿਆ ਕਰਿਆ ਵਾ। ਜਿਹੜਾ ਮੂੰਹ 'ਚ ਤਾਂ ਕੱਢਿਆ ਨਾ, ਉਹਦੇ 'ਚ ਮੜੀ ਮੜੀ ਸੁੰਡੀਆਂ ਪਈਆਂ, ਬਰੀਕ ਬਰੀਕ ਜਿਹੜੀਆਂ ਵਾਈਟ ਵਾਈਟ ਹੁੰਦੀਆਂ, ਪਤਾ ਨਹੀਂ ਕਿਆ ਕੱਢਿਆ ਇਹਨੇ, ਕੁਛ ਖਾ ਲਿਆ ਵਾ ਇਹਨੇ, ਪਾਣੀ ਵੀ ਨਹੀਂ ਪੀ ਹੁੰਦਾ ਤਾਂ ਚੰਗੀ ਤਰ੍ਹਾਂ। ਇੰਨਾ ਨਾ ਵਿੱਕੀ ਮੂੰਹ 'ਚ ਵਾੜਦਾ, ਉਹ ਨੱਕ ਉਹਦੇ ਨੱਕ 'ਚ ਨਾ ਬਣੀ ਜਾਵੇ ਉਹਦਾ, ਮੂੰਹ ਚੱਕ ਕੇ ਦੇਖੀ ਪਾਣੀ ਪਿਲਾ ਕੇ। ਆਵਲੀ ਟੈਂਕੀ ਥੱਲੇ ਦੁੱਧ ਪਾ ਗਈ ਵੀ ਆ, ਹੁਣ ਚੱਕ ਕੇ ਉੱਧਰ ਰੱਖ ਦਿੰਦਾ, ਉੱਧਰ ਛਾਵਾਂ ਹੈਗੀ ਆ, ਅਤੇ ਜੇ ਰਾਤ ਨੂੰ ਵਰਖਾ ਵੁਰਖਾ ਆਈ ਗਿੱਲਾ ਨਹੀਂ ਆਊਂਗਾ, ਭੇਜੂੰਗਾ ਨਹੀਂ ਹੈਗਾ, ਪੂਰੇ ਪਿਆ ਰਹੂੰਗਾ ਥੱਲੇ। ਪਾਣੀ ਵੀ ਨਹੀਂ ਪੀਂਦਾ ਹੈਗਾ ਇਹ, ਕੁਛ ਖਾਧਾ ਵੀ ਨਹੀਂ ਹੈਗਾ, ਕੱਲ੍ਹ ਦੇ ਨੇ ਤਾਂ ਦਈਆਂ ਭੁੱਖਾ ਹੀ ਇਹ, ਭੁੱਖਾ ਹੀ ਲੱਗਦਾ ਮੈਨੂੰ ਬਚਣਾ ਇਹਦਾ, ਸਾਹ ਹੈਗਾ ਪਰ ਤੜਫ ਰਿਹਾ ਇਹ, ਕਿਆ ਪਤਾ ਕਿਆ ਪਾਪ ਕਰੇ ਹੁਣ ਇਹਨੂੰ, ਜਿਹੜੀ ਸਜ਼ਾ ਮਿਲ ਰਹੀ ਇਹਨੂੰ, ਇੱਦਾਂ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਕਿਸੇ ਨੂੰ, ਜੇ ਰੱਬ ਨੇ ਚੱਕਣਾ ਕਿ ਚੜ ਕੇ ਜੇ ਚੱਕ ਲਵੇ ਬਸ, ਤੜਫਣੇ ਵਾਲਾ ਕੰਮ ਨਹੀਂ ਚਾਹੀਦਾ ਹੈਗਾ, ਚਾਹੇ ਇਨਸਾਨ ਆ ਚਾਹੇ ਜਾਨਵਰ ਆ ਕੋਈ ਵੀ, ਤੜਫੀ ਜਾਂਦਾ ਕੱਲ੍ਹ ਦਾ ਇਹ। ਕੱਲ੍ਹ ਜਾ ਖੇਤਾਂ 'ਚ ਤਾਂ ਚੱਕ ਲੈ ਗਏ ਤੈਨੂੰ, ਜਦ ਤੱਕ ਕੀੜੀਆਂ ਵੀ ਲੱਗੀਆਂ ਦੀਆਂ, ਹੁਣ ਛੱਤ ਪਰ ਕੀੜੀਆਂ ਨਹੀਂ ਨਾ ਹੈਗੀਆਂ, ਜੇ ਤੈਨੂੰ ਕੀੜੀਆਂ ਲੱਗ ਗਈਆਂ ਫਿਰ ਤਾਂ ਮੁਸ਼ਕਲ ਹੈ ਇਹਦਾ, ਫਿਰ ਨਹੀਂ ਵੱਧਦਾ ਹੈਗਾ, ਬਾਕੀ ਦੇਖਦੇ ਆ ਕੱਲ੍ਹ ਤੱਕ, ਆਪਾਂ ਤਾਂ ਕੋਸ਼ਿਸ਼ ਕਰ ਰਹੇ ਇਹਨੂੰ ਬਚਾਉਣ ਦੀ ਵੀ ਬਚ ਜਾਵੇ, ਬਾਕੀ ਰੱਬ ਦੇ ਹੱਥ 'ਚ ਬਚਣਾ ਜਾਂ ਨਹੀਂ ਬਚਣਾ। ਆ ਦੋ ਪੱਲਿਆਂ ਲੱਗੇ ਉਹਦੇ ਜਾਲੀ ਲੈਣ, ਅਤੇ ਫਿਰ ਚਾਹ ਗਈ ਉਹਦੀ, ਚਾਹ ਲੱਗ ਗਈ ਤਾਂ ਪੀਣ, ਅਤੇ ਇਹ ਤੋਂ ਬਾਅਦ ਉਹ ਰਹਿ ਗਿਆ ਇੱਕ ਪੱਲਾ, ਉਹਨੂੰ ਵੀ ਲਾ ਦਿੰਦੇ ਆ, ਅਤੇ ਦੋ ਰੋਸ਼ਨਦਾਨ ਪਏ ਜੀ, ਬਸ ਆਹੀ ਰਹਿ ਗਏ ਵੇ ਆ, ਆਹ ਤਾਂ ਹੋ ਗਏ ਪੱਲੇ ਸਾਰੇ, ਬਸ ਫਿਰ ਪਲੇਟ ਪਾ ਕੇ ਨਾ ਗੋਲਾ ਚੀਰ ਦਿੰਦੇ, ਜਿੰਨਾ ਕੁ ਚੀਰ ਹੁੰਦਾ ਇਹਨੂੰ ਲਾ ਦਿੰਦੇ ਆ, ਗੋਲਾ ਤਿਆਰ ਕਰ ਲੂੰਗੇ ਫਿਰ ਕੱਲ੍ਹ ਨੂੰ, ਜਿੰਨਾ ਕੁ ਰਹਿ ਗਿਆ ਵੈ ਥੋੜ੍ਹਾ ਬਹੁਤਾ ਅੱਜ ਕਰ ਲੂੰਗੇ। ਜਾਲੀ ਲੱਗ ਗਈ ਸਾਰੇ ਪੱਲਿਆਂ ਨੂੰ, ਅਤੇ ਜਿਹੜੇ ਉਹ ਫੱਟੇ ਪਏ ਤੇ, ਤਿੰਨ ਫੱਟੇ ਪਏ ਤੇ ਉਹ ਵੱਢ ਲਏ ਵੇ ਆ, ਅਤੇ ਆਹ ਦੋ ਫੱਟੇ ਛੱਡਤੇ ਵੇ ਆ, ਕਿਉਂਕਿ ਜਿਹੜੀ ਸੀਸੀ ਵਾਲੀ ਬਿਲਡਿੰਗ ਆ ਨਾ ਉਹਦਾ ਸਾਈਜ਼ ਅਲੱਗ ਚੀਰ ਹੋਣਾ, ਤਾਂ ਕਰਕੇ ਛੱਡਤੇ ਫੱਟੇ, ਅਤੇ ਬਾਕੀ ਗੋਲੇ ਵਾਸਤੇ ਆਹ ਚੀਰੇ ਆ, ਦੇਖ ਲੈਂਦੇ ਗੋਲਾ ਪੂਰਾ ਹੁੰਦਾ ਕਿ ਨਹੀਂ ਹੁੰਦਾ ਇਹਦੇ 'ਚ, ਅਤੇ ਬਾਕੀ ਸੀਸੀ ਵਾਲੇ ਪੱਲਿਆਂ ਵਾਸਤੇ ਸ਼ਾਇਦ ਇਹ 'ਚ ਵੀ ਥੋੜ੍ਹਾ ਬਹੁਤਾ ਗੋਲਾ ਨਿਕਲ ਜਾਣਾ, ਇਹ ਵੀ ਅਸੀਂ ਪਹਿਲਾਂ ਹੀ ਸਾਂਭ ਕੇ ਰੱਖ ਲਈ, ਜਿਹੜੇ ਪਹਿਲਾਂ ਗੋਲਾ ਬਣਾਇਆ ਤਾ ਨਾ ਫਰੰਟ ਵਾਲਾ, ਉਹ 'ਚ ਜਿਹੜਾ ਵੇਸਟ ਬਚਿਆ ਤਾ ਇਹ, ਉਹਨੂੰ 4.5 ਸੂ ਦਾ ਗੋਲਾ ਚਾਹੀਦਾ ਸੀਸੀ ਵਾਲੇ ਪੱਲਿਆਂ ਨੂੰ, ਅਤੇ ਬਾਕੀ ਜਿਹੜੇ ਪੱਲੇ ਆ ਜਿਹੜੇ ਉਹ ਜਾਲੀ ਵਾਲੇ ਡਬਲ ਪੱਲੀ ਜਾਲੀ ਲਾਈ ਹੋਈ ਪੱਲਿਆਂ ਨੂੰ, ਉਹਨਾਂ ਨੂੰ ਵੀ ਸ਼ਾਇਦ 4.5 ਚਾਰ ਦਾ ਲੱਗੇ ਜਾਣਾ, ਜਿਹੜੇ ਖਿੜਕੀਆਂ ਵਾਲੀ ਜਾਲੀ ਲਾਈ ਵੀ ਆ ਉਹਨੂੰ ਗੋਲਾ ਸ਼ਾਇਦ ਥੋੜ੍ਹਾ ਜਿਹਾ ਮੋਟਾ ਲੱਗਣਾ, 5 ਕੁ ਸੂ ਦਾ ਸ਼ਾਇਦ, 5 ਦਾ 5.5 ਦਾ ਇੰਨਾ ਕੁ ਲੱਗੂਗਾ 5 ਕੁ ਸੂ ਦਾ, ਅਤੇ ਬਾਕੀ ਆਹ ਗੋਲਾ ਚੀਨਾ, ਅਤੇ ਬਾਕੀ ਆਹ ਪਿਆ, ਬਾਕੀ ਦੇਖ ਲੈਂਦੇ ਗੋਲਾ ਪੂਰਾ ਹੁੰਦਾ ਕਿ ਨਹੀਂ ਹੁੰਦਾ, ਜੇ ਗੋਲਾ ਪੂਰਾ ਨਹੀਂ ਹੋਇਆ ਤਾਂ ਜਿਹੜੇ ਦੋ ਫੱਟੇ ਪਏ ਆ ਉਹ ਵੀ ਚੀਰੇ ਲੈਣੇ ਆਪਾਂ ਨੇ, ਜਿਹੜੀ ਸੀਸੀ ਵਾਲੀ ਬਿਲਡਿੰਗ ਆ ਉਹ ਦੇਖ ਲੂੰਗੇ, ਕਹਿ ਦੂੰਗੇ ਬਾਈ ਨੂੰ ਵੀ ਲੱਕੜੀ ਨਹੀਂ ਬਚੀ ਹੈਗੀ ਬਾਈ, ਅਤੇ ਜਿਹੜੇ ਆਹ ਫੱਟੇ ਆ ਤਾਂ ਦਿਲੇ ਆਉਂਦੇ, ਬਾਕੀ ਜਿਹੜੇ ਸਟੀਲ ਪੈਣੀ ਇਹਨੂੰ ਮੇਨ ਪੱਲਾ ਜਿਹੜਾ ਜਾਲੀ ਵਾਲਾ ਉਹਦੇ ਘਰ ਤਾਂ ਪਹਿਲਾਂ ਤਿਆਰ ਕਰਕੇ ਰੱਖ ਲਏ ਪਿੱਛੇ, ਬਾਕੀ ਆ ਦਿਲੇ ਵਾਲੇ ਪੱਲੇ ਤਾਂ ਪਾ ਗਈਆਂ, ਇੱਦਾਂ ਹੀ ਪਿਆ ਜੇ ਟੁੱਕੇ ਨਹੀਂ ਪੱਲਾ, ਇਹ ਖੁੱਲਦਾ ਨਹੀਂ ਇੱਧਰ ਨੂੰ, ਖੋਲ ਮੇਰੀ ਜਾਣੋ, ਖੁੱਲਦਾ 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 ਇਹ, ਬਸ ਹੋ ਜਾਂਦਾ ਡੈਡ ਘੁੰਮ ਘੁੰਮ ਕੇ, ਬਾਕੀ ਗਟਰ ਬੰਨ ਲੈਂਦੇ ਆ, ਹਾਲੇ ਟਾਈਮ ਹੈਗਾ ਛੁੱਟੀ ਕਰਨ ਨੂੰ, ਅਤੇ ਜਿੰਨੇ ਕੁ ਫੱਟੇ ਚੀਰ ਹੁੰਦੇ ਚੀਰ ਲੈਂਦੇ ਆ, ਬਾਕੀ ਫਿਰ ਕੱਲ੍ਹ ਕਰੂੰਗੇ ਗੋਲਾ ਤਿਆਰ, ਇਹ ਜੇ ਕੱਲ੍ਹ ਗੋਲਾ ਟਾਈਮ ਜਿਹੇ ਨਾਲ ਤਿਆਰ ਹੋ ਗਿਆ ਤਾਂ ਜਿਹੜੇ ਜਾਲੀ ਵਾਲੇ ਪੱਲੇ ਉਹਨਾਂ ਨੂੰ ਗੋਲਾ ਪਾ ਦੂੰਗੇ, ਅਤੇ ਸੀਸੇ ਵਾਲੇ ਪੱਲਿਆਂ ਵਾਸਤੇ ਵੀ ਗੋਲਾ ਦੇਖਣਾ ਪੈਣਾ, ਪਹਿਲਾਂ ਜਾਲੀ ਵਾਲੇ ਪੱਲਿਆਂ ਨੂੰ ਜਿਹੜੇ ਖਿੜਕੀਆਂ ਉਹਨਾਂ ਨੂੰ ਭਰ ਆਉਣਾ ਗੋਲਾ, ਉਹ ਤੋਂ ਬਾਅਦ ਫਿਰ ਇਹਨਾਂ ਨੂੰ ਭਰ ਹੋਊਗਾ, ਉਹ ਤੋਂ ਬਾਅਦ ਫਿਰ ਜਿਹੜੇ ਸੀਸੇ ਵਾਲੀਆਂ ਦੂਈਆਂ ਖਿੜਕੀਆਂ ਉਹਨਾਂ ਨੂੰ ਭਰ ਹੋਊਗਾ, ਕਿਉਂਕਿ ਉਹਨੂੰ ਗੋਲਾ ਘੱਟ ਸਾਈਜ਼ ਦਾ ਭਰ ਹੋਣਾ ਨਾ, ਪਹਿਲਾਂ ਜਿਹਨੂੰ ਜ਼ਿਆਦਾ ਮੋਟਾ ਗੋਲਾ ਭਰ ਹੋਣਾ ਉਹ ਭਰਨਾ ਆਪਾਂ ਨੇ, ਜਿਹੜਾ ਸਭ ਤੋਂ ਘੱਟ ਭਰ ਹੋਣਾ ਸਾਈਜ਼ 'ਚ ਉਹ ਲਾਸਟ 'ਚ ਭਰਨਾ ਗੋਲਾ ਆਪਾਂ ਨੇ, ਇਹ ਤਾਂ 3 ਦਰਵਾਜ਼ਾ ਇਹਦੇ ਵਾਸਤੇ ਗੋਲਾ ਬਚਿਆ ਹੋਇਆ ਵੀ ਹੈਗਾ, ਸ਼ਾਇਦ ਹੋ ਜਾਵੇ ਇੱਕ ਪੱਲੇ ਨੂੰ, ਉਹ ਵੀ ਦੇਖ ਲੂੰਗੇ, ਪਹਿਲਾਂ ਗੋਲਾ ਤਿਆਰ ਕਰਦੇ ਉਹਦੇ ਬਾਅਦ ਦੇਖਦੇ ਆ, ਇੱਕ ਫੱਟਾ ਜੀ ਰਿਹਾ ਬਸ, ਅਤੇ ਬਾਕੀ ਪਏ ਆ ਹਜੇ ਸਾਰੇ,
ਅਤੇ ਆਪਣਾ ਛੁੱਟੀ ਦਾ ਟਾਈਮ ਹੋ ਗਿਆ ਵੈ, ਆਪਾਂ ਚੱਲਦੇ ਘਰ ਨੂੰ ਅਤੇ ਬਾਕੀ ਜਿਹੜਾ ਰਹਿ ਗਿਆ ਉਹ ਕੋਲਾ ਤਿਆਰ ਕਰਨ ਨੂੰ ਉਹ ਕੱਲ੍ਹ ਨੂੰ ਕਰੂੰਗੇ, ਕੱਲ੍ਹ ਨੂੰ ਦੇਖੂੰਗੇ ਉਹਨੂੰ ਜਿਹੜਾ ਰਹਿ ਗਿਆ ਵਾ ਕੰਮ, ਅਤੇ ਬਾਕੀ ਆਪਾਂ ਚੱਲਦੇ ਹੁਣ, ਕੱਲ੍ਹ ਨੂੰ ਮਿਲਦੇ ਫਿਰ ਆਪਾਂ ਚਾਰਜਰ ਵਿੱਚ ਪਾਤਾ, ਚਾਰਜਰ ਵਿੱਚ ਪਾਤਾ, ਚੱਕ ਲਈ ਫਿਰ ਉਹ ਕਿਆ ਕਹਿੰਦੇ ਉਹਨੂੰ ਜਿੰਦਾ ਇਹਦੇ 'ਚ ਪਾਇਆ ਚਾਰਜ ਦਾ, ਇਹਦੇ 'ਚ ਅੱਛਾ ਅੱਜ ਜਿੰਦਾ ਚੱਕ ਲਈ ਗੇਟ ਵਾਲਾ ਲੋਕ ਲਾਤਾ ਤਾ, ਅਤੇ ਬਿਜਲੀ ਵਾਲਾ ਕੰਦਾ ਮੰਗਾਇਆ ਤਾ ਬਾਈ ਨੇ, ਉਹ ਡੱਬੇ 'ਚ ਪਾ ਕੇ ਰੱਖਿਆ ਤਾ, ਚਾਬੀ ਚੁੱਬੀ ਉਹਦੇ ਸਾਰਾ ਕੁਝ, ਅਤੇ ਹੁਣ ਫਿਰ ਲੋਕ ਖੋਲਿਆ ਰੰਦਾ ਚੱਕ ਕੇ ਲੈ ਕੇ ਆਉਣਾ, ਬਾਈ ਨੂੰ ਫੜਾ ਦੂੰਗੇ ਮੇਨ ਚੀਜ਼ ਤਾਂ ਰਹੇਗੀ ਦੀਆਂ, ਬਹੁਤ ਭਾਰੀ ਰੰਦਾ ਆਇਆ ਇਹ ਚਲਾ ਕੇ ਦੇਖੀ ਇਹਨੂੰ, ਅਤਾਰ ਵਾਰ ਰਹੇਗੀ ਉਹ ਵੀ ਭਾਰੀ ਆ, ਹਾਂ ਇਹ ਲਿਆਂਦਾ ਨਵਾਂ ਰੰਦਾ ਬਾਈ ਨੇ, ਬਾਈ ਕਹਿੰਦਾ ਚਾਹੀਦਾ ਨਾਲਾ ਘੜ, ਅਤੇ ਤਾਂ ਕਰਕੇ ਲੈ ਜਾਣਾ ਆਪਣਾ ਕੰਮ ਤਾਂ ਹੁਣ ਖਤਮ ਹੋਇਆ ਰੰਦੇ ਦਾ, ਬਸ ਦਿਲੇ ਨਾਲ ਪੱਲਾ ਚੜਾਉਣਾ ਫਿਰ ਰੰਦਾ ਚਾਹੀਦਾ ਆਪਾਂ ਨੂੰ, ਬੁਲਟ ਧੋ ਕੇ ਖੜਾਇਆ ਉਹਦਾ ਘਰ ਲਿਬੜ ਲੱਗ ਗਿਆ ਥੱਲੇ ਦੇ, ਕੋਈ ਗੱਲ ਨਹੀਂ ਫਿਰ ਧੋ ਕੇ ਖੜਾ ਦੂੰਗੇ ਇਹਨੂੰ, ਬਾਕੀ ਚੱਲਦੇ ਆਪਾਂ।